ਉਹ ਧੁੱਕੀ ਤਿੱਕੀ ਪੂਰੀ ਠੋਕ ਠੋਕ ਰੱਖਦਾ ਡੈਂਜਰ ਤੇ ਚਾਦਲੇ ਮਾ ਸ਼ੌਂਕ ਰੱਖਦਾ ਧੁਣੀ ਪੁੱਟਦੀ ਬਣਾ ਕੇ ਆ ਮਦੀਰ ਖੜਦੀ ਦੱਬ ਵਿੱਚ ਪਰ ਕੇ ਗਲੋਕ ਰੱਖਦਾ ਧੁੱਕੀ ਤਿੱਕੀ ਪੂਰੀ ਠੋਕ ਠੋਕ ਰੱਖਦਾ ਡੈਂਜਰ ਤੇ ਚਾਦਲੇ ਮਾ ਸ਼ੌਂਕ ਰੱਖਦਾ ਧੁਣੀ ਪੁੱਟਦੀ ਬਣਾ ਕੇ ਆ ਮਦੀਰ ਖੜਦੀ ਦੱਬ ਵਿੱਚ ਪਰ ਕੇ ਗਲੋਕ ਕਰਦਾ ਖੂਨ ਨੂੰ ਦਲੇਰੀ ਰੈਂਦੀ ਪੰਪ ਕਰਦੀ ਲੋ ਰੈਡਰ ਸੜਕੀ ਉੱਤੇ ਜੰਪ ਕਰਦੀ ਅਲਣਾ ਦੇ ਸੀਨੇ ਠਾਰ ਦਿਆ ਉਸ ਸਿਰਿਓ ਤੋਂ ਨੰਗੜ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਮੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਮੇਰੇ ਯਾਰ ਦੀਆਂ ਉੱਚੀਆਂ ਨੇ ਗੱਲਾਂ ਸਿੱਧੂ ਬਾਈ ਦੀਆਂ ਮੇਰਾ ਜੀ ਸ਼ੋਭਨਾਮ ਅਮਰਿਤਪਾਲ ਸਿੰਘ ਆ ਅੱਛਾ ਅੱਛਾ ਜੀ ਜੋ ਕਿ ਮੈਨੂੰ ਸਿੱਧੂ ਮੂਸੇ ਦਾਏ ਦੇ ਨਾਂ ਤੇ ਮਤਲਬ ਬਹੁਤ ਜ਼ਿਆਦਾ ਮੇਰਾ ਪਿਆਰ ਵਧਿਆ ਸਾਰਿਆਂ ਨਾਲ ਜੋ ਕਿ ਉਹਨੇ ਸਿੱਧੇ ਮੇਰੀ ਘਰ ਦੀ ਰੋਟੀ ਚੱਲਦੀ ਸੀਗੀ ਤੇ ਉਹਨਾਂ ਦੇ ਕਰਕੇ ਮਤਲਬ ਮੈਂ ਸਾਰਾ ਕੁਛ ਜੋ ਵੀ ਪਰਫਾਰਮੈਂਸ ਕਰਦਾ ਹੈਗਾ ਉਹਨਾਂ ਦੇ ਸੇਰ ਬਤੌਲਤ ਹੈਗਾ ਜੋ ਕਿ ਅੱਜ ਮੇਰੇ ਉਸਤਾਦ ਜੀ ਵੱਡੇ ਵੀਰ ਜੀ ਮੇਰੇ ਜੋਗ ਚੱਲ ਗਏ ਨੇ ਦੁਨੀਆ ਤੋਂ ਮੈਨੂੰ ਬਹੁਤ ਹੀ ਮਤਲਬ ਕੁਛ ਮੇਰੇ ਕੋ ਲਫ਼ਜ਼ ਦੀ ਕਹਿ ਨਹੀਂ ਹੁੰਦਾ ਜੋਗ ਸਰਕਾਰਾਂ ਤੁਹਾਨੂੰ ਪਤਾ ਅੱਜ ਕੱਲ ਚੜ੍ਹਾਈ ਦੇ ਕੇ ਜਰਦੀ ਨਹੀਂ ਹੈਗੀ ਕਿਉਂਕਿ ਉਹ ਮੈਨੂੰ ਸਾਰਾ ਇਨਸਾਫ ਚਾਹੀਦਾ ਭਰਾ ਦਾ ਜੋ ਕਿ ਜਿੰਨੇ ਵੀ ਬੰਦਿਆਂ ਨੇ ਜਿਨ੍ਹਾਂ ਨੇ ਵੀ ਕਾਂਡ ਕੀਤਾ ਵਾਲਾ ਗੋਲੀ ਮਾਰਾ ਤੇ ਉਹ ਸਾਨੂੰ ਸਾਰਾ ਇਨਸਾਨ ਚਾਹੀਦਾ ਮੇਰੇ ਬਦਰ ਦਾ ਵੱਡੇ ਵੀਰ ਦਾ ਮੈਂ ਪੋਪੂਲਰ ਜੀ ਇਦਾਂ ਹੈਗਾ ਜੀ ਫਸਟ ਟਾਈਮ ਮੈਂ ਮਲਸੀਆਂ ਗਿਆ ਆਇਗਾ ਕੋਈ ਮੈਰिज ਤੇ ਤੇ ਉੱਥੇ ਜੋ ਕੀ ਮਿਊਜ਼ਿਕ ਵਾਲੇ ਸੀਗੇ ਉਹਨਾਂ ਨੇ ਕਿਹਾ ਉਹ ਦੇਖੋ ਸਿੱਧੂ ਮੂਸੇ ਵਾਲਾ ਜਾਣਦੇ ਆ ਯਾਰ ਉਹ ਦੇਖੋ ਇਹਨੂੰ ਬਲਾਗ ਲਿਆਓ ਉਹਨਾਂ ਨੇ ਫਸਟ ਟਾਈਮ ਮੈਨੂੰ ਫਿਰ ਸਾਰੇ ਮੈਨੂੰ ਲੈ ਅੱਗੇ ਮੇਰੇ ਵੀਰ ਉਹਨਾਂ ਨੇ ਮਲਾਇਆ ਕਹਿੰਦੇ ਬਾਈ ਤੁਹਾਡਾ ਇਦਾਂ ਦਾ ਆਪਾਂ ਤੁਹਾਡੀ ਸ਼ੋਅ ਕਰਾਣਾ ਇੱਥੇ ਤੇ ਫੇ ਉਹਨੇ ਫਸਟ ਟਾਈਮ ਜਦੋਂ ਮੈਨੂੰ ਮਾਈਕ ਫੜਾਇਆਏਗਾ ਮੇਰੇ ਹੱਥ ਕੰਬਦੇ ਪਏਗੇ ਤੇ ਮੈਨੂੰ ਉਹ ਐਕਟਿੰਗ ਵੀ ਮਤਲਬ ਆਂਦੀ ਹੀਗੀ ਕਿਉਂਕਿ ਮੈਂ ਸ਼ੁਰੂ ਤੋਂ ਸਕੂਲ ਟਾਈਮ ਤੋਂ ਮਤਲਬ ਪਰਫਾਰਮੈਂਸ ਕਰਦਾ ਆ ਰਿਆਂ ਮੈਂ ਕਦੀ ਸੰਗਿਆ ਨਹੀਂ ਮਤਲਬ ਆਪਣੇ ਜਿੱਦਾਂ ਲੈਵਲ ਸਕੂਲ ਟਾਈਮ ਤੋਂ ਲੈ ਕੇ ਤੇ ਅੱਜ ਪਰਫਾਰਮੈਂਸ ਮੈਂ ਸਟੇਜ ਤੇ ਪਰਫਾਰਮੈਂਸ ਕਰਦਾ ਜੀ ਸਿੱਧੂ ਬਾਈ ਕਰਕੇ ਤੇ ਕਿੱਦਾਂ ਦੀ ਹਾਂਜੀ ਹਾਂਜੀ Song ਵਗੈਰਾ ਸਾਰੇ ਕੋਈ ਗਾਲੀ ਦਾ ਜੀ ਜੇ Song ਆਈ ਦੇ ਤਾਂ ਹੀ ਜੀ ਬਾਈ ਦੇ ਕਰਕੇ ਸ਼ੋਅ ਮਿਲਦੇ ਜੀ ਕਿ ਮੈਨੂੰ ਜੀ ਜਿੰਨਾਂ ਦਾ ਗਾਣਾ ਆਇਆ ਸ਼ਹਿਰ ਚੰਡੀਗੜ੍ਹ ਚੱਲੇ ਆ ਉਹਨਾਂ ਨੇ ਜੋ ਕਿ ਮੇਰੀ ਮੁਲਾਕਾਤ ਕਰਾਈ ਸੀਗੀ ਉਹਨੇ ਕਿਹਾ ਮਤਲਬ ਮੈਨੂੰ ਦੇਖ ਕੇ ਸਿੱਧੂ ਬਾਈ ਦੀ ਯਾਦ ਆ ਗਈਆਂ ਨਾਲ ਬਾਈ ਦੀ ਪਲੈਨਿੰਗ ਆ ਅੱਗੇ ਮੇਰਾ ਵੱਡਾ ਭਰਾ ਆ ਬਾਈ ਦੀ ਪਲੈਨਿੰਗ ਆ ਕਿ ਅੱਗੇ ਹੁਣ ਜਿੱਦਾਂ ਬਾਈ ਗਾਉਂਦਾ ਸੀ ਗਾਣਾ ਉਸ ਹਿਸਾਬ ਨਾਲ ਥੋੜਾ ਕਰੇਗਾ ਕੋਸ਼ਿਸ਼ ਮੇ ਵੀ ਜਿੱਦਾਂ ਥੋੜਾ ਬਹੁਤ ਹੀ ਕਹਿ ਲਓ ਕਿ ਸਿਮਿਲਰਿਟੀ ਹੈਗੀ ਹੈ ਵੌਇਸ ਦੇ ਵਿੱਚ ਵੀ ਆਪਾਂ ਕਹਿ ਸਕਦੇ ਮਾੜਾ ਮੋਟਾ ਹੈਗਾ ਇਹ ਆ ਨਹੀਂ ਖਾਰੂਗਾ ਜ਼ਰੂਰ ਅੱਗੇ ਤੋਂ ਤੇ ਹੋਰ ਹਾਲੇ ਫਿਲਹਾਲ ਤਾਂ ਬਾਈ ਸ਼ੋਅ ਕਰਦਾ ਪਿਆ ਆ ਜਿੱਦਾਂ ਮੈਰਿਜ ਵਗੈਰਾ ਦੇ ਸ਼ੋਅ ਮਿਲ ਜਾਂਦੇ ਆ ਉਹ ਵੀ ਬਾਈ ਦੇ ਨਾਮ ਤੇ ਤੇ ਇਹ ਇੱਕ ਹਿਸਾਬ ਦੀ ਉਹਨਾਂ ਨੂੰ ਅਸੀਂ ਧੰਨਵਾਦ ਵੀ ਕਰਦੇ ਆ ਬਾਈ ਨੂੰ ਤੇ ਇਹ ਵੀ ਆ ਦਿਲ 'ਚ ਚਾਹ ਵੀ ਰਹਿ ਗਿਆ ਕਿ ਮਿਲ ਕੇ ਧੰਨਵਾਦ ਨਹੀਂ ਹੋ ਪਾਇਆ ਕਦੀ ਅਜੇ ਤੱਕ ਹੀ ਤੇ ਫੇਸ ਟੂ ਫੇਸ ਨਹੀਂ ਹੋ ਪਾਏ ਸੋ ਉਹ ਦਿਲ 'ਚ ਜ਼ਰੂਰ ਇਰਮਾਨ ਰਹੇਗੇ ਨੇ ਤੇ ਬਾਕੀ ਜੋ ਹੈ ਸਾਰਿਆਂ ਨੂੰ ਪਤਾ ਆ ਤੇ ਅਸੀਂ ਬਾਈ ਨੂੰ ਤੈ ਦਿਲੋਂ ਯਾਦ ਕਰਦੇ ਤੇ ਹਮੇਸ਼ਾ ਕਰਦੇ ਰਵਾਂਗੇ ਉਹ ਮਿਟਣਾ ਨਹੀਂ ਹੈ ਜੀ ਚਾਹ ਇਹਨਾ ਮੈਂ ਬਾਈ ਨਾਲ ਮਿਲਾਂਗਾ ਮੈਨੂੰ ਕੀ ਪਤਾ ਮੈਨੂੰ ਕਹਿ ਦਨ ਹਾਂ ਮੇਰਾ ਛੋਟਾ ਭਰਾ ਆ ਗਿਆ ਠੀਕ ਹੈ ਜੀ ਬਸ ਸਣਾ ਇੱਕ ਕਹਿੰਦੇ ਹੁੰਦੇ ਨਾ ਇੱਕ ਮਿਲਣ ਦਾ ਕਿਸਮਤ ਇੱਕ ਕਿਸਮਤ ਨੇ ਸਾਥ ਦਾ ਦਿੱਤਾ ਹੈਗਾ ਬਟ ਮੇਲ ਨਹੀਂ ਹੋਇਆ ਮੇਰਾ ਬਾਈ ਦੇ ਨਾਲ ਤੇ ਮੈਂ ਅੱਜ ਉਹ ਮੇਰੇ ਦਿਲ ਤੇ ਸੱਟ ਲੱਗਦੀ ਵੀ ਮੈਂ ਬਾਈ ਨੂੰ ਮਿਲਿਆ ਨਹੀਂ ਲਾਈਵ ਤੋਂ ਲਾਈਵ ਤੇ ਅੱਜ ਮੈਨੂੰ ਉਹਨਾਂ ਦੇ ਭੋਗ ਤੇ ਸੰਸਕਾਰ ਤੇ ਆਣਾ ਪਿਆ ਕਾਰਾਂ ਦੇ ਉੱਪਰ ਤਾਂ ਹੀ ਦੇਖੋ ਜੀ ਜੀਰੋ ਦਾ ਮੇਰੇ ਸਿੱਧੂ ਬਾਈ ਦਾ ਮਤਲਬ ਇਦਾਂ ਕਾਨ ਸੁਣਿਆ ਵਾਂ ਜੋ ਕਿ ਜੋ ਕੁਝ ਮੈਨੂੰ ਅਜ ਤੱਕ ਸੁਣਨ ਨੂੰ ਮਿਲਿਆ ਵਾ 10 ਦਿਨ ਹੋ ਗਏ ਆ ਉਹ ਕਹਿੰਦੇ ਇੱਥੇ ਕੋਈ ਐਡੇ ਵੱਡੇ ਬੰਦੇ ਦਾ ਰਹਿਣ ਦਾ ਆ ਕੋਈ ਕੋਈ ਮਤਲਬ ਮਕਸਦ ਨਹੀਂ ਨਿਕਲਿਆ ਹਜੇ ਤੱਕ ਕੋਈ ਮਤਲਬ ਬੰਦੇ ਨਹੀਂ ਫੜੇ ਇਹਨਾਂ ਨੇ ਠੀਕ ਆ ਜੀ ਕਹਿੰਦੇ ਸਾਡਾ ਇੱਥੇ ਮਾੜੇ ਮੋٹے ਬੰਦਿਆਂ ਦਾ ਕੀ ਰਹਿਣ ਦਾ ਫਾਇਦਾ ਸਾਨੂੰ ਤਾਂ ਉਦਾਂ ਹੀ ਗੋਲੀ ਮਾਰ ਕੇ ਜੋ ਕਿ ਸਰਕਾਰ ਨੂੰ ਡਰਨਾ ਜੋ ਕਿ ਸਾਨੂੰ ਬਸ ਆਹੀ ਹੈ ਸਾਨੂੰ ਇਨਸਾਫ ਚਾਹੀਦਾ ਵਾ ਜੋ ਕਿ ਸਿੱਧੂ ਮੁਸੱਈਏ ਦੇ ਨਾਲ ਮਾੜੀ ਘਟਨਾ ਇਦਾਂ ਹੋਈ ਆ ਜੋ ਕਿ ਕੱਲਾ ਕੱਲਾ ਮਾਂ ਪਿਓ ਦਾ ਪੁੱਤ ਨਾਮ ਉਸ ਪਿੰਡ ਦੇ ਵਿੱਚੋਂ ਉੱਠਿਆ ਵਾ ਜਿਹੜੇ ਪਿੰਡ ਦਾ ਕਿਤੇ ਵਾਸਤਕ ਨਹੀਂ ਆਂਦੀ ਹੈਗੀ ਉਸ ਪਿੰਡ ਦੇ ਵਿੱਚ ਦੇਖੋ ਸਟਾਰ ਬੰਦਾ ਉੱਠਿਆ ਉਹੀ ਜੇ ਕੇ ਸਰਕਾਰ ਕੋ ਜਾ ਨਹੀਂ ਹੋਇਆ ਮੈਨੂੰ ਤਾਂ ਐਡਾ ਵੱਡਾ ਸਾਫ਼ ਹੋੰਦਿਆ ਵਾ ਜੋ ਕਿ ਮਾਨਸੇ ਦੇ ਵਿੱਚ ਮੈਂ ਅੱਜ ਖੜਾ ਵਾਂ ਮੇਰਾ ਇੰਨਾ ਮਤਲਬ ਉਹ ਦੇਮਾਨ ਦੁਖੀ ਹੋਇਆ ਪਿਆ ਵਾ ਮੈਂ ਕੀ ਦੱਸਾਂ ਮੇਰਾ ਨਾ ਸੌਣ ਨੂੰ ਦਿਲ ਕਰਦਾ ਨਾ ਮੱਲੋ ਹਰ ਵੇਲੇ ਬਾਈ ਦੀ ਯਾਦ ਆਉਂਦੀ ਸੌਣ ਲੱਗੇ ਮੱਲੋ ਫੇ ਮੇਰਾ ਬਿਆਹ ਇਹਨਾਂ ਉੱਠ ਕੇ ਬਹੁਤ ਮੱਲੋ ਜ਼ਿਆਦਾ ਮੈਂ 80 ਡੇਟ ਹੋਇਆ ਪਿਆ ਆਂ ਮੈਂ ਆਹੀ ਗੱਲ ਕਹੀ ਆ ਕੰਨੇ ਤੂੰ ਡਰਨ ਵਾਲੀ ਕੋਈ ਗੱਲ ਨਹੀਂ ਜੇ ਤੂੰ ਬਾਈ ਦੇ ਨਾਲ ਸ਼ੁਰੂ ਤੋਂ ਰਿਹਾ ਵਾਂ ਤੇ ਬਾਈ ਦੇ ਪੂਰਾ ਮੱਲੋ ਜ਼ਿੰਦਗੀ ਜਿੰਨੀ ਵੀ ਮੈਂ ਜਿੰਨੀ ਆ ਉਹਨੀ ਜ਼ਿੰਦਗੀ ਮੈਂ ਉਹਨਾਂ ਦੇ ਨਾਂ ਤੇ ਜੀਊਂਗਾ ਜੋ ਕਿ ਮੈਂ ਬਾਈ ਦਾ ਨਾਂ ਜ਼ਰੂਰ ਮੋਰੇ ਰੱਖਣਾ ਹੀ ਰੱਖਣਾ ਕਿਉਂ ਮੈਂ ਉਹਨਾਂ ਤੋਂ ਇੰਨੇ ਮੱਲੋ ਪਬਲਿਸਿਟੀ ਦੇ ਵਿੱਚ ਉੱਠਿਆ ਵਾਂ ਇੰਨਾ ਕੁਝ ਮੈਨੂੰ ਸਿੱਖਣ ਨੂੰ ਮਿਲਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਵਾ ਜੋ ਕਿ ਮੈਂ ਹੁਣ ਆਪਣਾ ਉਸਤਾਦ ਆ ਰਿਹਾ ਕੋਈ ਆਪਣੇ ਜਲੰਧਰ ਦੇ ਵਿੱਚ ਉਹਨਾਂ ਕੋ ਰਿਆਸ ਕਰਕੇ ਮੈਂ ਕੋਸ਼ਿਸ਼ ਪੂਰੀ ਕਰੂੰਗਾ ਸਿੱਧੂ ਭਾਈ ਦੇ ਗਾਣੇ ਮੱਲੋ ਗਾਉਂਗਾ ਨਹੀਂ ਜੀ ਦੇਖੋ ਮੈਂ ਤਾਂ ਹੀ ਆਪਣੇ ਮਾਂ ਪਿਓ ਕੋ ਜੇ ਜੰਮਿਆ ਪਲਿਆ ਵਾਂ ਮੇਰੀ ਸੋਚ ਪੂਰੀ ਉਹੀ ਹੈ ਮੈਂ ਜੇ ਮਾਂ ਪਿਓ ਕੋ ਜੰਮਿਆ ਪਲਿਆ ਮਾਂ ਪਿਓ ਕੋ ਰਹੂੰਗਾ ਦੇਖੋ ਜੀ ਜੋ ਕਿ ਸਿੱਧੂ ਭਾਈ ਉਹ ਕੋਈ ਫਲੈਟ ਦੇ ਵਿੱਚ ਨਹੀਂ ਰਿਹਾ ਚੰਡੀਗੜ੍ਹ ਜਾ ਕੇ ਆਪਣੇ ਪਿੰਡ ਦੇ ਵਿੱਚ ਸਟਾਰ ਬਣਿਆ ਵਾ ਤੇ ਪਿੰਡ ਦੇ ਵਿੱਚ ਹੀ ਰਹਿ ਰਿਹਾ ਵਾ ਤੇ ਆਪਣੀ ਪੈਲੀ ਵੀ ਬੋਂਦਾ ਵਾ ਜਿਹੜੇ ਆਪਣੇ ਸਟਾਰ ਹਾਏ ਹੋਰ ਵੀ ਬਹੁਤ ਸਟਾਰ ਹੈਗੇ ਨੇ ਜਿਹੜੇ ਕਿਨਾਂਮ ਹੋਟਲਾਂ ਵਿੱਚ ਜਾ ਕੇ ਏਡੇ ਏਡੇ ਮਹਿੰਗੇਆਂ ਵਿੱਚ ਜਾ ਕੇ ਥਾਲੀਆਂ ਰੋਟੀ ਖਾਂਦੇ ਨਾ ਉਸਤਾਰ ਨੂੰ ਮੈਂ ਕਿਨਾਂਮ ਇੱਥੇ ਪੈਲੀ ਦੇ ਵਿੱਚ ਦੇਖਿਆ ਪੁੰਜੇ ਬਹਿ ਕੇ ਰੋਟੀ ਖਾਂਦੇ ਹੋਏ ਸਿਆਣੇ ਕਹਿੰਦੇ ਆ ਨਾ ਕਿ ਹਮਸ਼ੱਕਰ ਲੋਕ ਸੱਤ ਆਪਾਂ ਨੂੰ ਦੁਨੀਆ ਦੇ ਵਿੱਚ ਮਿਲ ਜਾਂਦੇ ਆ ਇਸੇ ਤਰ੍ਹਾਂ ਕਈ ਲੋਕ ਮੰਨਦੇ ਆ ਕਿ ਇਹ ਵੀਰ ਸਿੱਧੂ ਮੂਸੇਵਾਲੇ ਵਰਗਾ ਲੱਗਦਾ ਹੈ ਕਾਪੀ ਕਰਦਾ ਹੈ ਉਸੇ ਤਰ੍ਹਾਂ ਗੀਤ ਗਾਉਂਦਾ ਹੈ ਉਸੇ ਤਰ੍ਹਾਂ ਹੀ ਇਸ ਦਾ ਲਾਈਫ ਸਟਾਈਲ ਹੈ ਤੇ ਤੁਹਾਨੂੰ ਕੀ ਲੱਗਿਆ ਇਸ ਵੀਡੀਓ ਨੂੰ ਵੇਖ ਕੇ ਤੁਹਾਨੂੰ ਕੀ ਲੱਗਿਆ ਤੁਸੀਂ ਕੀ ਚਾਹੁੰਦੇ ਕਿ ਇਸ ਵੀਰ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ ਮੈਂ ਤਾਂ ਇਹ ਹੀ ਸੋਚਦੀ ਹਾਂ ਕਿ ਆਪਾਂ ਨੂੰ ਇਹ ਸਿੱਧੂ ਮੂਸੇਵਾਲੇ ਦੀ ਯਾਦ ਕਰਾਉਂਦਾ ਰਹੇਗਾ ਬਾਕੀ ਤੁਹਾਡੀ ਕੀ ਰਾਏ ਹੈ ਕਮੈਂਟ ਜਰੂਰ ਕਰਨਾ ਥੈਂਕ ਯੂ